ਉਹ ਹੋਜੀ ਚਲੋ ਖੈਰ ਉਹ ਗਨੇ ਮੈਂ ਰਬ ਨੂੰ ਬਾਜਾ ਮਾਰਦਾ ਹੁੰਦਾ ਸੀਗਾ ਦਾਦਾ ਜੀ ਕਹਿੰਦੇ ਹਾਂ ਘੂਠੇ ਝੜ ਕੇ ਫੇ ਰਬ ਨੂੰ ਮੈਂ ਬਾਜਾ ਮਾਰਦਾ ਹੁੰਦਾ ਰਹੇਗਾ ਠੀਕ ਹੈ ਜੀ ਮੈਨੂੰ ਮੇਰੇ ਰੱਬ ਦੀ ਰਛਾ ਨਹੀਂ ਯਾਨੀ ਕਿਦਾਂ ਹੋਣ ਹਾਂਜੀ ਤਾਂ ਫਿਰ ਇੱਕ ਵਾਰ ਕਹਿੰਦੇ ਵੀ ਮਹਾਰਾਜ ਜੀ ਲੋ ਮੈਨੂੰ ਪ੍ਰੇਨ ਨਾ ਹੋਈ ਤਾਂ ਮੈਂ ਹਰੋਂ ਦਸ ਗਿਆ ਅੰਗਰੇਜ਼ਾਂ ਅੰਗਰੇਜ਼ਾਂ ਸੇ ਵੀ ਜਿਆਕਾਰ ਉੱਥੇ ਤੇ ਮੈਂ ਗਿਆ ਉਥੇ ਗੁਰਸ਼ੇਖ ਪਿਆਰੇ ਜਿੱਦਾਂ ਹੁਣ ਵੀ ਜੁਗਾਂ ਜਗਾਂ ਜਿਹੜਾ ਤੋਂ ਹੀ ਇਹਨਾਂ ਲੰਬਿਆ ਸਿਰ ਸਈਆਂ ਤੋਂ ਚਾਲ ਚੱਲੇ ਆ ਰਿਹਾ ਹਾਂਜੀ ਇਹਨੇ ਗਰਵਾਣੀ ਜੇ ਰਾਤ ਪਾਠ ਹੁੰਦੇ ਕੀ ਤਨ ਕੰਟੀਨਿਊ ਹੁੰਦਾ ਅੰਗਰੇਜ਼ ਵੀ ਆਉਂਦੇ ਵਾਰੋਂ ਹੋਰ ਵੀ ਆ ਤਾਂ ਉਥੇ ਇੱਕ ਗੁਰਸ਼ੇਖ ਪਿਆਰਾ ਇਹਨਾਂ ਦਸੀਆ ਉਹ ਕਹਿੰਦੇ ਪੈਰੀ ਸਾਧ ਸੰਗਤ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਗੱਜ ਗਿਆਖੋ ਰਬੀ ਗੁਰੂ ਨਾਨਕ ਰਬੀ ਗੁਰੂ ਨਾਨਕ ਰੱਬ ਵੀ ਗੁਰਨਾ ਨੇ ਕਿੰਦਾ ਵਾਰ ਰੀਡ ਕੀਤਾ ਉਹ ਕਹਿੰਦੇ ਵੀ ਜਿੱਦਾਂ ਸਾਨੂੰ ਬਾਹਰੋਂ ਕੋਈ ਚਿੱਠੀ ਆਉਂਦੀ ਆ ਹਾਂਜੀ ਉਹਦੇ ਘਰ ਵਾਲਿਆਂ ਨੇ ਚਿੱਠੀ ਭੇਜੀ ਤਾਂ ਜਨਾਨੀ ਇਹ ਕੰਦੀ ਕਰਕੇ ਕਿਸੇ ਨੂੰ ਕਹਤਾ ਕਿ ਕਾਕਾ ਇਧਰ ਆ ਗਰ ਤੇ ਮੈਂ ਜ਼ਾਨ ਪੜਾਂ ਇਹ ਚਿੱਠੀ ਜਿਹੜੀ ਇਹ ਜੋ ਹੈ ਮੈਨੂੰ ਪੜ ਕੇ ਸੁਣਾ ਹੁਣ ਪੜ ਕੇ ਸੁਣਾਉਣੀ ਸ਼ੁਰੂ ਕਰਦੀ ਉਹ ਹਣ ਪੜਵਾ ਜੇ ਲਿਓ ਜਿਠੀ ਜਿਹੜੀ ਸੁਣ ਰਹੀ ਆ ਜੇਰੋ ਦੇ ਪਤੀ ਨੇ ਪਾਈਓ ਆ ਉਥੇ ਥੋੜੋ ਬੈਠਾ ਹੋ ਉਹਦਾ ਵਾਰ ਬੈਠਾ ਕਰੇ ਕਰੇ ਡਾਕ ਲੈਣ ਕੇ ਨੇੜਾਈ ਕਿਤੇ ਬੈਠਾ ਮਸਾਲਾ ਇਕ ਉਹ ਮਾਰੇ ਜਾਂਦੇ ਆ ਅੱਛਾ ਉਹ ਜੀ ਜਿਹੜੇ ਪੜ੍ਹ ਕੇ ਸੁਣਾਈ ਜਿਠੀ ਜੇ ਲਿਚੀ ਪੜ੍ਹ ਕੇ ਸੁਣਾਈ ਮੈਂ ਠੀਕ ਠਾਕ ਆ ਮੇਰਾ ਕੋਈ ਫਿਕਰ ਨਹੀਂ ਕਰਨਾ ਹੈ ਕਿਸੇ ਵਕਾਰ ਦਾ ਕੋਈ ਫਿਕਰ ਨਹੀਂ ਕਰਨਾ ਹੈ ਕੋਈ ਵੀ ਚੀਜ਼ ਲੋਡ ਹੋਵੇ ਵੰਨ ਦੱਸਿਆ ਕਰੋ। ਉਹ ਬਾਰੇ ਜਿਹੜੀ ਉਹਦੀ ਵਾਰਡਿੰਗ ਸੀਗੀ ਉਹ ਜਨਾਨੀ ਸੁਣੀ ਜਾਂਦੀ ਆ ਤੇ ਕਾਕਾ ਪੜ੍ਹ ਕੇ ਸੁਣਾਈ ਜਾਂਦਾ। ਜਿਹੜਾ ਪੜ੍ਹ ਕੇ ਸੁਣਾ ਰਿਹਾ ਹੁਣ ਉਹਦਾ ਪੱਦੀਆ ਬੈਠਾ ਕ ਲੜੀ ਬਾਹਲੇ ਮੋੜੀ ਚ। ਉਹਨੂੰ ਇਦਾਂ ਬਰਦੀਦ ਹੋ ਰਿਹਾ ਕਿ ਇੱਥੇ ਹੀ ਬੈਠਾ। ਕਿਉਂਕਿ ਜਿਹੜੀ ਵਾਰਡਿੰਗ ਆ ਨਾ ਉਹਦੀ ਮੈਂ ਠੀਕ ਠਾਕ ਵਾਜੀ ਮੈਂ ਇਦਾਂ ਇਦਾਂ ਹੈ ਮੇਰਾ ਫਿਕਰ ਨਹੀਂ ਕਰਨਾ। ਉਹ ਬੈਠਾ ਵਾ ਮੈਂ ਕਿੱਡੀ ਦੂਰ ਵੀ ਆ। ਫਰਜ਼ੀ ਪੜਜੀਤ ਇਹ ਹੋਰ ਐ ਬਈ ਇੱਥੇ ਹੀ ਆ ਕੋਈ ਸ਼ਬਦਾਵਲੀ ਇਦਾਂ ਦੀ ਆ ਉਹ ਸ਼ਬਦਾਵਲੀ ਦੇ ਨਾਲ ਬੋਲਣ ਵਾਲਾ ਬੋੜੀ ਜਾਂਦਾ ਤੇ ਸੁਣਵਾੜੀ ਉਹਦੀ ਘਰ ਵਾਲੀ ਸੁਣੀ ਜਾਂਦੀ ਆ ਤੇ ਫਰਜ਼ੀ ਢੋਣ ਲਾ ਪਿਆ ਇੱਥੇ ਹੀ ਉਹ ਜਿਹੜਾ ਇੱਥੇ ਬੈਠਾ ਹੁੰਦਾ ਇਦਾਂ ਕਹਿੰਦੇ ਜਿੱਦਾਂ ਕੋਈ ਗ੍ਰਾਂਥੀ ਪਰਭੂਏ ਅچھے ਜੀਵਨ ਵਾਲਾ ਉਹ ਬੈਠਾ ਮਾਰੇ ਚਾਬਿਆ ਮਾਰੇ ਚਾਬਿਆ ਬੈਠਾ ਹੋ ਪਾਠ ਕਰ ਰਿਹਾ ਹੋਵੇ ਤੇ ਸੁਣ ਵਾਲਾ ਬੜੇ ਪਿਆਰ ਜਿਹਾ ਸਰਵਣ ਕਰ ਰਿਹਾ ਹੋਵੇ ਉਹ ਸੁਣਨ ਵਾਲੇ ਨੂੰ ਜਿਹੜੇ ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਪੈਂਦਾ ਕਿਉਂਕਿ ਗੁਰੂ ਮਹਾਰਾਜ ਜਣੀ ਬੁਖਾਰ ਵੈਨ ਤੋਂ ਵਿਚਾਰੇ ਹੋਏ ਅਮਰ ਤੋਂ ਹੀ ਬਚਨ ਹੁੰਦੇ ਆ ਉਹ ਇਸ ਤਰ੍ਹਾਂ ਪ੍ਰਤੀਤ ਹੁੰਦਾ ਬਾਦ ਦੇ ਵਿੱਚ ਤੇ ਗੁਰੂ ਮਹਾਰਾਜ ਹਾਜ਼ਰ ਨਾਜ਼ਰ ਜਿਦਾਉਂ ਸਾਦ ਜੀ ਨਾ ਬਾਹਰ ਕਈ ਜਾਂ ਤੇ ਮੇਰਾ ਪਤੀ ਇੱਥੇ ਹੀ ਆ ਹਾਜ਼ਰ ਨਾਜ਼ਰ ਐਂਜਾ ਸੁਣਨ ਵਾਲੇ ਨੂੰ ਜਿਹੜੇ ਇਦਾਂ ਦੀ ਬੇਰੀ ਬਣ ਜਾਏ ਤੇ ਗੁਰੂ ਮਹਾਰਾਜ ਹਾਜ਼ਰ ਨਾਜ਼ਰ ਪਾਠੀ ਪਾੜ ਕਰੀ ਜਾਂਦਾ ਉਈ ਸਰ ਜੀ ਇਦਾਂ ਹੀ ਬਣੀ ਹੋਏ ਮਹਾਰਾਜ ਐ ਪਰਦਾ ਖਰੋ ਜੀ ਗੁਰੂ ਮਹਾਰਾਜ ਨਾਇਰ ਕਹਿੰਦੇ ਜਦ ਇਹ ਮਸਾਲ ਦੇ ਕੇ ਸਿੱਧ ਕੀਤਾ ਮੇਰਾ ਹੈ ਨਾ ਉੱਥੋਂ ਜੀਵਨ ਮਦਰੀ ਹੋ ਗਿਆ ਉੱਥੋਂ ਜੀਵਨ ਮਦਰੀ ਹੋ ਗਿਆ ਤੇ ਮੈਂ ਕਿੱਥੇ ਬੈਠਾ ਤੇ ਕਿਸੇ ਸਾਧੂ ਮਹਤਮਾ ਨੇ ਕਿਹਾ ਹਾਂ ਜੀ ਤੇ ਕਾਕੀ ਸਾਡੇ ਨਾਲ ਜਾਣਾ ਹੈ ਜੰਗਲਾਂ ਨੂੰ ਦੂਰ ਚੱਲ ਜਾਣਾ ਹੁਣ ਹੈ ਜੰਗਲਾਂ ਨੂੰ ਜਿਹੇ ਦੂਰ ਕਿਹਾ ਦੱਸਿਆ ਨਾ ਕੋ ਉਹ ਕਹਿੰਦੇ ਜੀ ਇਦਾਂ ਆ ਮਹਤਮਾ ਜੀ ਤੇ ਸਾਡੇ ਕੋਲ ਬ੍ਰਹਮ ਗਿਆਨ ਹੈ ਜਾਣ ਨੂੰ ਮੈਂ ਚਲ ਜਾਊਂਗਾ ਸਾਡੇ ਕੋਲ ਬ੍ਰਹਮ ਗਿਆਨ ਹੈ ਛੋਟੇ ਹੁੰਦੇ ਜੀ ਮੁੰਡੇ ਜੀ ਵਸਾ ਇਦਾਂ ਦੀ ਬ੍ਰਹਮ ਗਿਆਨ ਹੁਣ ਕਿੱਥੇ ਕਿਤਾਬੀ ਗਿਆਨ ਕੋਦਾ ਬੰਦਾ ਪੜ੍ਹ ਹੀ ਜਾਂਦਾ ਪੜ੍ਹ ਹੀ ਜਾਂਦਾ ਹੈ ਤੇ ਕੋ ਬ੍ਰਹਮ ਗਿਆਨ ਕੋ ਬ੍ਰਹਮ ਗਿਆਨ ਕੋਲ ਮੈਂ ਕੌਣ ਲੈਣੇ ਜੀ ਤੇ ਕਰੋੜਾਂ ਵਿੱਚੋਂ ਗਏ ਵੇਲੇ ਵੀ ਸੁਣਦੀ ਇਦਾਂ ਦੀ ਹੈ ਜੀ ਤਾਂ ਇਦਾਂ ਹੀ ਰੌ ਦੀ ਸੰਤ ਭਗਤ ਪਿਆਰੇ ਹੋਏ ਆ ਪਰ ਗੁਰੂ ਗ੍ਰੀਸ ਸਾਹਿਬ ਨੇ ਵੀ ਜਿਹੜਾ ਰਾਮਰਾਮ ਜਪਿਆ ਸੀਗਾ ਉਹ ਵੇ ਕਹਿੰਦੇ ਵੀ ਹੁਣ ਹਨ ਦੁਨੀਆ ਦਾ ਬੋਰੇ ਆਗਦੀ ਰਹੀ ਹੈ ਇਹਨਾਂ ਨੂੰ ਸੋਝੀ ਹੈ ਮਾਤਰੂ ਪਤਾ ਨਹੀਂ ਕੀ ਹੋਇਆ ਪਰ ਫਿਰ ਵੀ ਦੁਨੀਆ ਹਨ ਸਮਝ ਨਹੀਂ ਸਕੀ ਹੁਣ ਇਹ ਕਿੱਥੇ ਪਹੁੰਚਿਆ ਆਉ ਤੋ ਜਾਈ ਚੜੇ ਸਿੰਘਾਸਨ ਪਰ ਗੁਰੂ ਗ੍ਰੀਸ ਸਾਹਿਬ ਜੀ ਫਰਾਨ ਕਰ ਦਿਆ ਜਿਸੇ ਨਿਰੰਕਾਰ ਸੱਚਖੰਡ ਵਿਖੇ ਰਹਿੰਦਾ ਹੈ ਹੈ ਜਿਸੇ ਜਵਾ ਜਗੰਦਰੂ ਗਉਣ ਗਾਇਨ ਕਰ ਰਿਹਾ ਕਾਰਪੁਰ ਜੀ ਅਬ ਤੋਂ ਜਿਹੜੇ ਸੰਗਾਸਨ ਮਿਲੇ ਹੈ ਸਾਰੇ ਪਾਣੀ RAM KABIRA ਏਕ ਪਏ ਹੈ ਕੋਈ ਨਾ ਸਕੇ ਵਿਛਾਨੀ ਕਹਿੰਦੇ RAM ਦੇ ਕਬੀਰ ਹੁਣ ਇੱਕੋ ਏਕ ਜੋ ਦੇ ਗਰੂ ਹੋ ਗਏ ਹਨ ਕੋਈ ਵਿਛਾਨ ਨਹੀਂ ਜਾਵੇਗਾ ਇਸ ਕਰਕੇ ਜਿਹੜੀ ਜਿੰਨੀਆਂ ਵੀ ਚੀਜ਼ ਆ ਗਈਆਂ ਹੋਰ ਜਿਹਨੇ ਵੀ ਰੱਬ ਦੇ ਸੱਚ ਭਗਤ ਪਿਆਰੇ ਹੋਏ ਆ ਉਹਨਾਂ ਨੇ ਬਸ ਹੁਣ ਜੇ ਲੋ ਪቅ ਜਰਾਮ ਦੇਵ ਜੀ ਉਹ ਕਿੱਥੇ ਸ਼ੀਮਾ ਸ਼ਗੇ ਦੂਏ ਅ ਤੋ ਵੀ ਨਹੀਂ ਹੁੰਦੇ ਤੋ ਵੀ ਕਾ ਉਹ 24 ਗਏ ਉਹ ਕੜਦੀ ਕਰਦੀ ਉਹਦੀ ਸੁਰਤੀ ਜਿਹੜੀ ਪ੍ਰਭੂ ਦੇ ਨਾਲ ਮਿਲ ਗਈ ਉਹਨਾਂ ਦੀ ਬਖਸ਼ਿਸ਼ ਹੋ ਗਈ ਪਰਮਾਤਮਾ ਦੀ ਇੰਡੈਕਟ ਪੂਜੇ ਰਾਤ ਵਸ ਮਾਰਦੇ ਰੱਗ ਦੇ ਵਿੱਚ ਰੰਗੇ ਰਹਿਣਾ ਰੱਬ ਦਾ ਨਾਮ ਜਪੀ ਜਾਣਾ ਹੈ ਤਾਂ ਫਿਰ ਉਹਨੂੰ ਜਿਹੜੀ ਬੰਦਗੀ ਕਰਕੇ ਮਰਦਭਾਗੀ ਮਿਲਿਆ ਕੁਰਬਾਨੀ ਚ ਉਹਦਾ ਉੱਚੇ ਉੱਚੇ ਨਾਮ ਜੋ ਸਮਦਰਸੀ ਰਵਿਦਾਸ ਸਾਗਰ ਬਣਾਈ ਉੱਚੇ ਦੇ ਉੱਚਾ ਦਰਜਾ ਅਨੰਕਾਰ ਦਾ ਹੈ ਨਾ ਵੱਡਾ ਸਹਿਬ ਉੱਚਾ ਸਾਂ ਉੱਚੀ ਉਪਰ ਉੱਚਾ ਨਾ ਉਹ ਜਿੰਨਾ ਵੱਡਾ ਸਹਿਬ ਆ ਉਹਦਾ ਉੱਚਾ ਨਾਮ ਕੋਈ ਨਾ ਜਿਹੜਾ ਨਾਮ ਨਾ ਪ੍ਰਮੇਸ਼ਰ ਦਾ ਨਾਮ ਉਹ ਉੱਚੇ ਦੇ ਵਿੱਚ ਆ ਵੱਡਾ ਸਹਿਬ ਉੱਚਾ ਸਾਂ ਉੱਚੀ ਉਪਰ ਉੱਚਾ ਨਾ ਇਹ ਵੀ ਉੱਚਾ ਹੋਵੇ ਕੋਈ ਕਿ ਸੱਚੇ ਕੋਈ ਜਾਣੇ ਸੋਏ ਜੇ ਵਿੜਿਆਵ ਜਾਣੇ ਆਪ ਆਪ ਨਾਨਕ ਨਦੀ ਕਰਮੀ ਦਾਤ ਐਡੇ ਵੇ ਉੱਚਾ ਕੋਣੋ ਸਾ ਦਾ ਗੁਰਾਂ ਸੇ ਮਾਰੇ ਜਿਹਨਾਂ ਦੀ ਬਾਣੀ ਆ ਕਹਿੰਦੇ ਜਬਜੀਤ ਸਾਹਿਬ ਜੇ ਜਵਜੀ ਸਾਹਿਬ ਨੂੰ ਫੋਲੋ ਕਰ ਜਾਏ ਜੇ ਗੁਰੂ ਨਾਨਕ ਸਾਹਿਬ ਦੇ ਮਿਹਰ ਦੀ ਨਿਗਾਹ ਕਰ ਜਣ ਤਾਂ ਧਨ ਗੁਰਨਾਣ ਤੁਹੀਂ ਜਿਰੰਕਾਰ ਧਨ ਗੁਰਨਾਣ ਤੁਹੀਂ ਜਿਰੰਕਾਰ ਐਂ ਤਾਂ ਕਹਿਣਾ ਸ਼ੁਰੂ ਕਰ ਦੂਗਾ ਉਹ ਜੇ ਤੇਰੀ ਕਿਰਪਾ ਹੋ ਜਾਏ ਤਾਂ ਉਹਨੇ ਜਿਹੜੇ ਕੁਝ ਵੀ ਨਹੀਂ ਸੀਗਾ ਇੱਥੇ ਨਾ ਧਰਤੀ ਸੀ ਨਾ ਬ੍ਰਹਿਮੰਡ ਸੀ ਨਾ ਹੋਰ ਕੋਈ ਚੀਜ਼ ਸੀ ਜੇ ਤੁਹਾਨੂੰ ਹੁਣ ਪੈਣਾ ਪਈ ਨਾ ਬੜੀ ਓੜੀ ਜ਼ਿਆਦਾ ਹੋ ਜਾਣੀ ਆ ਤੇ ਮਾਰਾ ਖੇਰ ਬਣਾ ਆਇਆ ਏ ਧਰਤੀ ਉਹੀ ਜਗ੍ਹਾ ਉਹੀ ਸਾਰਾ ਉਹ ਹੇ ਮਰਨ ਦਸਿਆ ਮੁਰਾਂ ਸੇ ਮਾਰੇ ਨੀ ਨਿਰੰਕਾਰ ਦਾ ਰੂਪ ਕਿਤਾ ਜਿਹੜਾ ਪਹਿਲੇ ਬਗੇਨ ਪਤਾ ਹੀ ਨਹੀਂ ਸੀ ਕੀ ਹੈ ਦਾ ਕੀ ਨਹੀਂ ਆ ਅਰਬ ਦੇ ਨਰਬ ਦੇ ਤੇ ਦੁਖਾਰਾ ਤਰਨਾ ਗਗਨਾ ਹੁਕਮ ਪਾਰਾ ਨਾ ਦਿਨ ਰਾਤ ਨਾ ਚਾੰਦ ਨਾ ਸੂਰਜ ਸੋਨ ਸਮਾ ਲਗਾਈ ਦਾ ਖਾਣੀ ਨਾ ਪਾਣੀ ਪੌਣ ਨਾ ਪਾਣੀ ਓਤ ਖਵਦਰਾ ਨਾ ਨਿਆਣੀ ਖੰਡ ਪਤਾਲ ਸਬਦ ਨਹੀਂ ਸਾਗਰ ਨਦੀ ਨੀ ਨਦੀ ਦਾ ਨੀਰ ਵਹਾਈ ਦਾ ਨਾ ਸਸ ਸਮੁੰਦਰ ਸੀਗੇ ਨਾ ਨਾਰੀਪੁਰ ਸੀ ਨਾ ਜਮਨਾ ਮਰਨਾ ਨਾ ਕੋ ਪੀਰ ਕੀ ਨਾ ਦੇਵੀ ਦੇਵਤਾ ਨਾ ਤਾਤੀ ਰਾਮ ਬ੍ਰਹਮਣ ਕੋਈ ਸੂਰ ਚੰਦਰਵਾ ਨੇਰਾ ਚਾਨਣ ਹਨੇਰਾ ਜਾਣਣਾ ਪੈ ਗਿਆ ਇੱਕ ਵਾਰੀ ਵਰਣਾ ਬੀਆ ਅਨੇਕ ਯੁਗਾ ਦਿਨ ਸ ਆ ਰਾਤ ਅਨੇਕ ਪਰਲ ਅਨੇਕ ਉਪਪਾਦ ਕਹਿੰਦੇ ਯੁਗਾਂ ਯੁਗਾਂ ਚੋਂ ਇਹ ਖੇਰ ਬਣਾ ਚਾ ਪਰ ਇਹਨਾਂ ਦਾਦਾ ਜੀ ਇਹ ਕਾਹੀ ਗੱਲ ਸੀ ਕਿ